نحمد و نصلي على رسوله الكريم اما بعد اعوذ بالله من الشيطان الرجيم بسم الله الرحمن الرحيم لا اله الا الله محمد رسول الله قل ربنا بك يا رسول الله صلى الله عليه واله وسلم قبل سبب رحمه الدين طلبا ايدي الله بيتي قران هلم قران ثرابي ਤਬੇ ਮੁਹੰਮਦੀ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੇ ਰੂਹਾਨੀ ਇਲਾਜ ਦੇ ਸਿਲਸਿਲੇ ਦੀ ਨਿਸ਼ਚਿਤ ਵਿੱਚ ਪਿਆਰੇ ਮੌਲਾ ਰਜ਼ੀ ਅੱਲਾਹ ਤਵੱਜੂ ਅੱਲਾਹ ਨੂੰ ਤਰੱਕੀ ਦੇਣ ਦਾ ਅਮਲ ਦੱਸ ਰਹੇ ਆ ਤਾਂ ਕਿ ਇਨਸਾਨ ਹਰ ਵੇਲੇ ਕਲਮਰ ਆਪਣੇ ਅੱਲਾਹ ਧਰਮ ਤਵੱਜੂ ਰਹੇ ਤੇ ਕੁਰਾਨ ਪਾਕ ਦਾ ਨੁਸਖਾ ਕਿਵੇਂ ਜਾ ਫਿਰ ਆਪਣੇ ਕੁਰਾਨ ਚ ਦੱਸਿਆ ਵਾਇਲਾ ਰੱਬੇ ਕਾ ਫਰਕ ਵਾ ਤਾਂ ਬੱਤਰ ਅਲਾ ਹਿਤ ਤਬਦੀਲਾ ਤਾਂ ਕਿ ਇਨਸਾਨ ਨੂੰ ਨਿੰਮ ਤੇ ਉਜ਼ਮਾ ਹਾਸਲ ਹੋ ਜਾਏ ਇਹਦੇ ਨਾਲ ਇਨਸਾਨ ਨੂੰ ਹਜ਼ੂਰ ਕਲਬ ਹਾਸਲ ਹੋਏਗਾ ਫਿਰ ਇਹ ਹਜ਼ੂਰ ਇਨਸਾਨ ਨੂੰ ਅੱਲਾਹ ਦੀ ਹਜ਼ੂਰੀ ਚ ਪਹੁੰਚਾ ਕੇ ਅੱਲਾਹ ਦਾ ਦੀਦਾਰ ਕਰਾਏਗਾ ਤੇ ਕੁਰਾਨ ਹਕੀਮ ਦੀ ਸੂਰਾ ਅਹਜ਼ਾਬ ਦੀ ਆਇਤ ਨੰਬਰ 41 ਨੂੰ ਬਮਾ ਬਿਸਮਿਲਾ ਸੱਤ ਵਾਰੀ ਲਿਖ ਕੇ ਉਹਦੇ ਉੱਤੇ ਇਸ ਪਾਕ ਨੂੰ 41 ਵਾਰੀ ਪੜ੍ਹ ਕੇ ਉਸਤਾਦ ਵੀ ਸਦਮ ਕਰਦੇ ਹੋ ਅੱਲਾਹੁ ਦਰੁਸ਼ੀ ਪੜ੍ਹੋ ਉਸਤਾ ਵੀਰ ਨੂੰ ਗਲੇ ਚ ਪਾ ਲਓ ਸੱਜੇ ਬਾਜ਼ੂ ਨਾਲ ਬੰਨ ਲਓ ਜਾਂ ਜੇਬ ਚ ਰੱਖ ਲਓ ਜਾਂ ਆਪਣਾ ਬਟੂਏ ਜਾਂ ਪਰਸ ਚ ਆਪਣੇ ਕੋਲ ਰੱਖੋ ਔਰ ਹਰ ਵੇਲੇ ਵਜ਼ੂ ਦੇ ਵਜ਼ੂ ਚੱਲਦੇ ਫਿਰਦੇ ਜ਼ਿਕਰ ਪਾਕ ਸਨਫਾਸ ਕਰਦੇ ਰਹੋ ਯਾਨੀ ਸਾਹ ਨਾ ਸਾਹ ਅੰਦਰ ਜਾ ਅੱਲਾਹ ਬਾਹਰ ਨਿਕਲੇ ਹੋ ਕਿਉਂ ਕੁਰਾਨ ਕਰੀਮ ਫਿਰ ਰੱਬ ਨੇ ਫਰਮਾਇਆ ਕਿ ਜ਼ਿਕਰਨ ਕਸੀਰਾ ਇਹ ਜ਼ਿਕਰ ਕਸੀਰ ਹੀ ਜ਼ਾਕਰ ਨੂੰ ਮਜ਼ਕੂਰ ਤੱਕ ਅੱਲਾਹ ਤੱਕ ਪਹੁੰਚਾ ਕੇ ਅੱਲਾਹ ਦਾ ਦੀਦਾਰ ਕਰਾ ਦਿੰਦਾ ਅੱਲਾਹ ਸੋਹਣੀ ਬਾਹਰ ਕਰ ਦਿੰਦੀ ਗਹਿਰਾ ਹੀ ਦੁਆ ਗੱਲਾਂ ਸੋਹਣਾ ਆਪਣੇ ਪਿਆਰੇ ਹਬੀਬ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦਾ ਸਦਕਾ ਆਪਣੀ ਸੋਹਣੀ ਪਾਕ ਜਾਨ ਦਾ ਸਦਕਾ ਤਮਾਮ ਬਿਮਾਰਾਂ ਨੂੰ ਸ਼ਿਫਾ ਕਾਮਿਲ ਅਜਲ عطا ਫਰਮਾਏ ਅੱਲਾਹੁ ਅਕਬਰ ਕਬੀਰ ਵਮਾ ਅਲੈਨਾ ਇਲਾ ਅਲ ਬਲਾਗ ਵਲ ਬਦੀਰ